ਦੇ ਸਟੂਡੈਂਟਸ ਵੈਲਕਮ ਅਵਰ ਟੁਡੇਸ ਟਾਪਿਕ ਇਜ਼ ਮੀਨਿੰਗ ਆਫ ਕਰੰਟ ਅਫੇਅਰਸ ਇਵੈਂਟਸ ਚਲੰਤ ਮਾਮਲੇ ਜਾਂ ਜਿਹੜੀਆਂ ਚਲੰਤ ਘਟਨਾਵਾਂ ਨੇ ਉਹ ਕਿਹਨਾਂ ਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਦਾ ਮੀਨਿੰਗ ਆ ਉਹ ਹੀ ਕਲੀਅਰ ਕਰਾਂਗੇ ਕਰੰਟ ਅਫੇਅਰਸ ਕਰੰਟ ਹੁੰਦਾ ਹੈ ਵਰਤਮਾਨ ਪ੍ਰੈਜ਼ੈਂਟ ਅਫੇਅਰਸ ਹੁੰਦੇ ਨੇ ਕੋਈ ਵੀ ਮੁੱਦੇ ਘਟਨਾਵਾਂ ਮਸਲੇ ਜਿਨ੍ਹਾਂ ਨੂੰ ਅਸੀਂ ਇਵੈਂਟਸ ਵੀ ਕਹਿ ਸਕਦੇ ਹਾਂ ਨਾ ਤੋਂ ਇਹ ਕਲੀਅਰ ਹੈ ਵੀ ਵਰਤਮਾਨ ਦੇ ਨਾਲ ਸੰਬੰਧਿਤ ਜੋ ਵੀ ਕੋਈ ਮੁੱਦੇ ਨੇ ਕੋਈ ਘੜਨਾਵਾ ਵਾਪਰ ਰਹੀਆਂ ਨੇ ਕੋਈ ਮਸਲੇ ਨੇ ਭਾਵੇਂ ਨੈਸ਼ਨਲ ਲੈਵਲ ਦੇ ਆ ਭਾਵੇਂ ਇੰਟਰਨੈਸ਼ਨਲ ਲੈਵਲ ਦੇ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਹੈ ਜੋ ਸੋਸਾਇਟੀ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਵਾਪਰ ਰਹੀ ਹੈ ਉਹਨੂੰ ਅਸੀਂ ਕਹਾਂਗੇ ਕਰੰਟ ਅਫੇਅਰਸ ਇਹ ਸਾਰੇ ਹੀ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਕੋਈ ਨਾ ਕੋਈ ਜਿਹੜੀ ਘਟਨਾ ਹੋ ਵਾਪਰਦੀ ਰਹਿੰਦੀ ਹੈ ਜਿਵੇਂ ਕਿ ਲੇਟੈਸਟ ਹੀ ਅਸੀਂ ਗੱਲ ਕਰੀਏ ਰਸ਼ੀਆ ਤੇ ਜਿਹੜਾ ਯੂਕਰੇਨ ਦਾ ਯੁੱਧ ਹੈ ਉਹ ਕੀ ਪੂਰੇ ਵਰਲਡ ਦੇ ਲਈ ਇੱਕ ਕਰੰਟ ਅਫੇਅਰ ਹੈ ਇਹ ਉਹ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਬਿਲਕੁਲ ਨਵੀਆਂ ਤੇ ਸਮੇਂ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਜਿਨ੍ਹਾਂ ਨੂੰ ਮਾਸ ਮੀਡੀਆ ਦੇ ਜਿਹੜੇ ਵੱਖ-ਵੱਖ ਸਾਧਨ ਨੇ মিডিয়াম ਨੇ ਉਹਨਾਂ ਦੇ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਵੇਂ ਕਿ ਅਖਬਾਰ ਰਸਾਲੇ ਰੇਡੀਓ ਟੈਲੀਵਿਜ਼ਨ ਇਨ੍ਹਾਂ ਸਾਧਨਾਂ ਦੇ ਦੁਆਰਾ ਇਹ ਜਿਹੜੀਆਂ ਘਟਨਾਵਾਂ ਦਾ ਜਿਹੜਾ ਸਬੰਧ ਹੈ ਲੋਕਲ ਲੈਵਲ ਤੇ ਵੀ ਹੋ ਸਕਦਾ ਸਟੇਟ ਲੈਵਲ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਹੁਣ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਕਰੰਟ ਅਫੇਅਰਸ ਐਸ ਆਰ ਦਾ ਡੇ ਟੂ ਡੇ ਇਸ਼ੂਜ਼ ਐਂਡ ਇਵੈਂਟਸ ਅਰਾਊਂਡ ਅਸ ਸਾਡੇ ਆਲੇ ਦੁਆਲੇ ਜੋ ਵੀ ਘਟਨਾਵਾਂ ਨੇ ਉਹ ਕੀ ਨੇ ਜੋ ਵਾਪਰਦੀਆਂ ਜਾਂ ਕੋਈ ਇਸ਼ੂਜ਼ ਨੇ ਉਹਨੇ ਕਰੰਟ ਅਫੇਅਰਸ ਹੁਣ ਅਸੀਂ ਇਹਦੇ ਵਿੱਚ ਕੁਛ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਕਰਾਂਗੇ ਦੋਵੇਂ ਹੀ ਮੀਡੀਅਮ ਦੇ ਵਿੱਚ ਮੈਂ ਡੈਫੀਨੇਸ਼ਨਸ ਰੱਖੀਆਂ यूके ऑफिस ऑफ कमीशन अकॉर्डिंगली करंट अफेयर्स इज एन एक्सप्लेनेशन एंड एनालिसिस ऑफ करंट इवेंट्स एंड इश्यूज इंक्लूडिंग पॉलिटिकल और इंडस्ट्रियल कंट्रोवर्सी और पब्लिक पॉलिसी इश्यूज ਹੁਣ मीनिंग ਦੇਖੋ ਕਲੀਅਰ ਹੋ ਰਿਹਾ ਹੈ ਵੀ ਕਰੰਟ ਅਫੇਅਰਸ ਕੀ ਨੇ ਉਹਨਾਂ ਘਟਨਾਵਾਂ ਦੀ ਉਹਨਾਂ ਇਸ਼ੂਜ਼ ਦੀ ਐਕਸਪਲੇਨੇਸ਼ਨ ਹੈ ਵਿਆਖਿਆ ਹੈ ਐਨਲਿਸਿਸ ਹੈ ਵਿਸ਼ਲੇਸ਼ਣ ਹੈ ਜਿਹੜੀਆਂ ਕਿ ਪੋਲੀਟੀਕਲ ਵੀ ਹੋ ਸਕਦੀਆਂ ਨੇ ਇੰਡਸਟਰੀਅਲ ਵੀ ਹੋ ਸਕਦੀਆਂ ਨੇ ਕੰਟਰੋਵਰਸੀ অর ਕੰਟਰੋਵਰਸੀ ਵੀ ਹੋ ਸਕਦੀਆਂ ਨੇ ਜਿਨ੍ਹਾਂ ਦੇ ਉੱਪਰ ਕੋਈ ਵਾਦ ਵਿਵਾ ਚੱਲ ਰਹੇ ਹੋਣ ਤੇ ਪਬਲਿਕ ਪਾਲਿਸੀ ਇਸ਼ੂਜ਼ ਵੀ ਹੋ ਸਕਦੇ ਨੇ ਨੈਕਸਟ ਹੈ ਜਰੋਲੀ ਮੇਕ ਦੇ ਅਕੋਰਡਿੰਗ ਜਿਹੜੀ ਡੈਫੀਨੀਸ਼ਨ ਹੈ ਦਾ ਟਰਮ ਕਰੰਟ ਅਫੇਅਰਸ ਇਨਕਲੂਡਸ ਇਵੈਂਟਸ ਐਂਡ ਇਸ਼ੂਜ਼ ਐਂਡ ਇਸ ਬ੍ਰਾਡਰ ਇਨ ਸਕੋਪ ਦੈਨ ਆਈਦਰ ਆਫ ਦਾ ਟਰਮਸ ਟੇਕਨ ਸਿੰਗਲੀ ਤਤਕਾਲੀਨ ਘਟਨਾਵਾਂ ਵਿੱਚ ਘਟਨਾਵਾਂ ਅਤੇ ਮਾਮਲੇ ਸ਼ਾਮਿਲ ਹਨ ਅਤੇ ਇਕੱਲੇ ਟਰਮ ਇਕ ਕਲੀਟਰਮ ਵਿੱਚ ਸਿੰਗਲ ਟਰਮ ਕਿਹੜੀ ਜਿਵੇਂ ਅਸੀਂ ਇਕੱਲਾ ਕਹਦੇ ਆ ਵੀ ਇਵੈਂਟ ਇਸ ਨਾਲੋਂ ਇਹਦਾ ਜਿਹੜਾ ਘੇਰਾ ਹੈ ਉਹ ਵਿਸ਼ਾਲ ਹੈ ਕਿਉਂਕਿ ਇਹਦੇ ਵਿੱਚ ਸਾਰੀਆਂ ਹੀ ਤਰ੍ਹਾਂ ਦੀ ਜਿਹੜੇ ਕਰੰਟ ਅਫੇਅਰਸ ਨੇ ਉਹ ਸ਼ਾਮਿਲ ਹੁੰਦੀਆਂ ਨੇ ਥਰਡ ਡੈਫੀਨੇਸ਼ਨ ਇਜ਼ ਵੈਸਲੇ ਐਂਡ ਰੌਂਸਕੀ ਦੇ ਅਕੋਰਡਿੰਗ ਕੰਟੈਂਪੋਰੀ ਅਫੇਅਰਸ ਆਰ ਦੋਜ਼ ਪ੍ਰੋਬਲਮਸ ਔਰ ਇਸ਼ੂਜ਼ 댓 ਹੈਵ ਅ ਗ੍ਰੇਟਰ ਡਿਗਰੀਜ਼ ਆਫ ਪਰਮਨੈਂਸ ਔਰ ਲੌਂਗਰ ਪੀਰੀਅਡ ਆਫ ਇੰਪੈਕਟ ਦੈਨ ਇਵੈਂਟਸ ਆਧੁਨਿਕ ਮਾਮਲਿਆਂ ਦਾ ਜਿਹੜਾ ਪ੍ਰਭਾਵ ਹੈ ਘਟਨਾਵਾਂ ਤੋਂ ਕਾਫੀ ਜ਼ਿਆਦਾ ਸਥਾਈ ਹੁੰਦਾ ਹੈ ਕਿਉਂਕਿ ਜਿਹੜੀ ਘਟਨਾ ਹੈ ਉਹ ਤੇ ਵਾਪਰ ਕੇ हट ਜਾਂਦੀ ਹੈ ਬਟ ਜਿਹੜੇ ਅਸੀਂ ਗੱਲ ਕਰਦੇ ਆ ਅਫੇਅਰਸ ਇਹਨਾਂ ਦੇ ਉੱਪਰ ਕਈ ਵਾਰ ਜਿਹੜੇ ਜ਼ਿਆਦਾ ਕੰਟਰੋਵਰਸੀ ਵਾਲੇ ਅਫੇਅਰਸ ਹੁੰਦੇ ਨੇ ਉਹ ਇਹ ਨਹੀਂ ਪਤਾ ਕਿ ਕਿੰਨੇ ਸਾਲ ਤੱਕ ਚੱਲਦੇ ਰਹਿਣ ਮੀਨਸ ਇਹਨਾਂ ਦਾ ਜਿਹੜਾ ਇਫੈਕਟ ਹੈ ਉਹ ਜ਼ਿਆਦਾ ਪਰਮਾਨੈਂਟ ਹੁੰਦਾ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਰੰਟ ਅਫੇਅਰਸ ਦਾ ਜਿਹੜਾ मीनिंग ਹੈ ਉਹ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ ਥੈਂਕਸ ਫॉर ਵਾਚਿੰਗ